ਪੈਟਰੋਲ ਪੰਪ ਦੇ ਵਿੱਚ ਤੇਲ ਹੈ ਜਿਹੜਾ, ਤੇਲ ਦੇ ਵਿੱਚ ਪਾਣੀ ਮਿਕਸ ਹੋ ਕੇ ਆ ਰਿਹਾ। ਕਰੀਬ 20 ਗੱਡੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ। ਮਾਨਸਾ ਸਰਵਿਸ ਸਟੇਸ਼ਨ ਦੇ ਵਿੱਚ ਇਹ ਜਿਹੜਾ ਤੇਲ ਪਵਾਉਣ ਲੋਕ ਆਏ ਸੀ, ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਖਰਾਬ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਐਂਬੂਲੈਂਸ ਵੀ ਹੈ ਜਿਹੜਾ ਇੱਕ ਸਵਾਰੀ ਨੂੰ ਲੈ ਕੇ ਜਾਣਾ ਸੀ, ਜਿਸ ਕਰਕੇ ਲਗਾਤਾਰ ਹੈ ਜਿਹੜਾ ਉਹ ਉੱਥੇ ਖੜੇ ਨੇ। ਤੇ ਤਸਵੀਰਾਂ 'ਚ ਵੇਖੋਗੇ ਕਿਸ ਤਰ੍ਹਾਂ ਪਾਣੀ ਵਾਲੇ ਜਿਹੜੇ ਤੇਲ ਹੈ ਉਸ ਦੇ ਸ਼ਿਕਾਇਤ ਹੈ ਜਿਹੜੀ ਲੋਕ ਕਰ ਰਹੇ ਹੈ। ਸਾਡੇ ਨਾਲ ਜਿਹੜੇ ਪੀੜਤ ਨੇ ਜਿਨ੍ਹਾਂ ਨੇ ਤੇਲ ਪਵਾਇਆ ਸੀ, ਉਹ ਨੇ ਉਹਨਾਂ ਤੋਂ ਪੁੱਛਦੇ ਹਾਂ ਬਾਈ ਜੀ ਕੀ ਤੇਲ 'ਚ ਕੀ ਸਮੱਸਿਆ ਆਈ ਹੈ? ਸਮੱਸਿਆ ਬਈ ਅਸੀਂ ਤੇਲ ਪਵਾਇਆ ਸੀਗਾ ਇੱਥੋਂ ਗੱਡੀ ਦੇ ਵਿੱਚ, ਤੇ ਜਦੋਂ ਗੱਡੀ ਅੱਗੇ ਤਕਰੀਬਨ 1 ਕਿਲੋਮੀਟਰ ਗਈ ਝਟਕੇ ਜੇ ਮਾਰਨ ਲੱਗ ਗਈ, ਤੇ ਉਹਦੇ ਵਿੱਚ ਸਿਗਨਲ ਆਉਣ ਲੱਗ ਗਿਆ ਵੀ ਡੀਜ਼ਲ ਫੀਲ ਦੇ ਵਿੱਚ ਪਾਣੀ ਆ, ਤੇ ਮੈਂ ਇਹਨਾਂ ਨੂੰ ਵਾਪਸ ਲੈ ਕੇ ਆਇਆ ਤੇ ਇੱਥੇ ਬੰਦੀ ਹੋ ਗਈ ਗੱਡੀ ਲੈ ਆ ਕੇ। ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ 10-15 ਹੋਰ ਵੀ ਗੱਡੀਆਂ ਵਾਲੇ ਖੜੇ ਸੀਗੇ ਮੇਰੇ ਵਰਗੇ, ਜਿਹਨਾਂ ਦੀ ਗੱਡੀਆਂ ਦੇ ਵਿੱਚ ਪਾਣੀ ਸੀਗਾ, ਇਹਨਾਂ ਦਾ ਫਰਜ਼ ਬਣਦਾ ਘੱਟੋ ਘੱਟ ਪਾਣੀ ਪਾਉਣ ਤੋਂ ਪਹਿਲਾਂ, ਤੇਲ ਡੀਜ਼ਲ ਪਾਉਣ ਤੋਂ ਪਹਿਲਾਂ ਪਾਣੀ ਤਾਂ ਚੈੱਕ ਕਰਨ ਵੀ ਵਿੱਚ ਪਾਣੀ ਤਾਂ ਨਹੀਂ ਹੈਗਾ। ਜਦੋਂ ਪਤਾ ਵੀ ਮੀਂਹ ਪਿਆ ਤਾਂ ਉਹਦੇ ਵਿੱਚ ਹੋ ਸਕਦਾ ਪਾਣੀ ਆਇਆ ਹੋਵੇ, ਹਨਾ। ਤੇ ਇਹੀ ਆ, ਮੈਂ ਹੁਣ ਖੜੇ ਆ, ਮੈਂ ਚੰਡੀਗੜ੍ਹ ਜਾਣ ਤੋਂ ਖੜਾ, ਪਤਾ ਨਹੀਂ ਹੁਣ ਕਿੰਨਾ ਟਾਈਮ ਲੱਗੂਗਾ ਇੱਥੇ। ਹੁਣ ਗੱਡੀਆਂ ਜਿਹੜੀਆਂ ਬੰਦ ਹੋ ਗਈਆਂ, ਉਹਦੇ ਹੋ ਗਈਆਂ 2-3 ਉਹ ਅੱਗੇ ਸਰਵਿਸ ਸਟੇਸ਼ਨ ਤੇ ਲਾਈਆਂ ਹੋਈਆਂ ਨੇ ਇਹਨਾਂ ਨੇ, ਤੇ ਮੇਰੇ ਵਾਲੀ ਗੱਡੀ ਆ ਖੜੀ ਆ, ਬਾਕੀ ਹੋਰ ਟੰਕੇ ਟੁੰਕੇ ਵਾਲੇ ਮਸ਼ੀਨ ਵਾਲੇ ਖੜੇ ਨੇ, ਹੁਣ ਦੇਖਦੇ ਕੀ ਹੁੰਦਾ। ਬਿਲਕੁਲ ਬਾਈ ਜੀ, ਕੀ ਅੱਛਾ ਕੀ ਹੋਇਆ ਬਾਈ ਜੀ? ਅਸੀਂ ਤਾਂ ਇਕੱਠੀ ਆ ਜੀ। ਅੱਛਾ, ਤੇਲ ਤੇ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਲੋਕ ਹੈ ਜਿਹੜੀ ਕਿਵੇਂ ਕਿਸ ਤਰ੍ਹਾਂ ਸ਼ਿਕਾਇਤ ਕਰ ਰਹੇ ਹੋ। ਕੀ ਹੋਇਆ ਪ੍ਰਧਾਨ ਜੀ, ਕੀ ਹੋਇਆ ਤੇਲ ਦੇ? ਵੀਰ ਜੀ ਪਾਣੀ ਪੈ ਗਿਆ, ਇਹਨੇ ਤਾਂ ਪਤਾ ਨਹੀਂ ਭੁੱਲ ਕੇ ਪੈ ਗਿਆ, ਪਤਾ ਨਹੀਂ ਸੱਚੀ ਹੋ ਗਿਆ ਰੱਬ ਯਾਰ। ਕੀ ਤੁਸੀਂ ਕੀ ਲੈ ਕੇ ਆਏ ਸੀ? ਅਜੇ ਤਾਂ ਆਪਦੇ ਕੰਮ, ਜ਼ਰੂਰੀ ਕੰਮ ਜਾਂਦੇ। ਨਹੀਂ, ਕੀ 'ਚ ਪਵਾਇਆ ਤੇਲ ਤੁਸੀਂ? ਬਰੈਰੋ ਗੱਡੀ। ਹੜ ਗਈ ਗੱਡੀ? ਕਿੰਨਾ ਤੇਲ ਪਵਾਇਆ ਸੀ? ਅਸੀਂ ਮਤਲਬ 100 ਦੀ ਪਵਾਇਆ ਜੀ, 100 ਦੇ ਵਿੱਚ। ਬਿਲਕੁਲ, ਤਸਵੀਰਾਂ 'ਚ ਵੇਖੋ ਕਿ ਕਿਸ ਤਰ੍ਹਾਂ ਕੇਨੀਆਂ ਦੇ ਵਿੱਚ ਤੇਲ ਹੈ ਜਿਹੜਾ ਪਾਇਆ ਜਾ ਰਿਹਾ, ਤੇ ਦੇਖ ਰਹੇ ਹੈ ਕਿ ਪਾਣੀ ਆਖਰ ਕਿਸ ਤਰ੍ਹਾਂ ਹੈ ਡੀਜ਼ਲ ਦੇ ਵਿੱਚ ਮਿਕਸ ਹੋਇਆ, ਤੇ ਲਗਾਤਾਰ ਲੋਕ ਹੈ ਜਿਹੜੀ ਸ਼ਿਕਾਇਤਾਂ ਹੈ ਉਹ ਕਰ ਰਹੇ ਹੈ। ਤੇ ਗੱਡੀਆਂ ਜਿਹੜੀਆਂ ਉਹ ਖਰਾਬ ਹੋ ਗਈਆਂ, ਜਿਸ ਕਰਕੇ 10-12 ਗੱਡੀਆਂ ਜਿਹੜੀਆਂ ਉਹਨਾਂ ਦੇ ਵਿੱਚ ਪਾਣੀ ਮਿਕਸ ਹੋ ਕੇ ਚਲਾ ਗਿਆ, ਜਿਸ ਕਾਰਨ ਗੱਡੀਆਂ ਜਿਹੜੀਆਂ ਪੈਟਰੋਲ ਪੰਪ ਤੇ ਖੜੀਆਂ ਨੇ। ਇੱਕ ਐਂਬੂਲੈਂਸ ਦੇ ਵਿੱਚ ਸਵਾਰੀ ਹੈ ਜਿਹੜੀ ਉਹ ਜਾ ਰਹੀ ਸੀ, ਦੇਖ ਸਕਦੇ ਹੋ ਕਿ ਉਹ ਗੱਡੀ ਵੀ ਖਰਾਬ ਹੋ ਗਈ। ਹੁਣ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੈ ਜਿਹੜੀ ਨੌਜਵਾਨ ਹੈ ਜਿਹੜਾ ਉਹ ਤੜਫ ਰਿਹਾ, ਕਿਉਂਕਿ ਗੱਡੀ ਹੈ ਜਿਹੜੀ ਉਹਦੇ ਵਿੱਚ ਤੇਲ ਪਾਇਆ ਸੀ, ਪਾਣੀ ਹੈ ਜਿਹੜਾ ਉਹਦੇ ਵਿੱਚ ਫਸ ਗਿਆ, ਤੇ ਐਮਰਜੈਂਸੀ ਹੈ ਨੌਜਵਾਨ ਨੂੰ, ਤੇ ਪੈਟਰੋਲ ਪੰਪ ਤੇ ਖੜੇ, ਤੇ ਸਿਲੰਡਰ ਆਕਸੀਜਨ ਦਾ ਉਹਦੇ ਲੱਗਿਆ ਹੋਇਆ, ਤੇ ਇਸ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਪਰੇਸ਼ਾਨੀ ਹੈ, ਕਿਉਂਕਿ ਗੱਡੀ ਖਰਾਬ ਹੋ ਚੁੱਕੀ ਹੈ। ਹੁਣ ਇਸ ਦੀ ਜ਼ਿੰਦਗੀ ਤੇ ਮੌਤ ਨਾਲ ਇਹ ਲੜ ਰਿਹਾ, ਤੇ ਬਦਲਵੀਂ ਗੱਡੀ ਦਾ ਪ੍ਰਬੰਧ ਕਰਕੇ ਜਾਣਾ ਪਊਗਾ, ਕਿਉਂਕਿ ਇਹ ਗੱਡੀ ਹੈ ਜਿਹੜੀ ਜਿਹਦੇ ਵਿੱਚ ਪਾਣੀ ਮਿਕਸ ਹੋ ਗਿਆ ਉਹ ਖਰਾਬ ਹੋ ਗਈ ਹੈ। ਤਾਂ ਇਸ ਨੌਜਵਾਨ ਦੀ ਜ਼ਿੰਦਗੀ ਵੀ ਖਤਰੇ ਦੇ ਵਿੱਚ ਹੈ। ਇੱਕ ਵਾਰ ਫਿਰ ਦਿਖਾ ਦਿੰਦੇ ਹਾਂ ਕਿ ਆਹ ਜਿਹੜਾ ਤੇਲ ਹੈ, ਇਹ ਤੇਲ ਹੈ ਜਿਹੜਾ ਇਸਦੇ ਵਿੱਚ ਪਾਣੀ ਮਿਕਸ ਹੋਇਆ, ਜਿਸ ਤੋਂ ਪਤਾ ਲੱਗਦਾ ਕਿ ਪ੍ਰਬੰਧਕਾਂ ਦੀ ਕਿੱਡੀ ਵੱਡੀ ਅਣਗਹਿਲੀ ਹੈ। ਤਾਂ ਲਗਾਤਾਰ ਲੋਕ ਹੈ ਜਿਹੜੇ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਹੈ, ਤੇ ਲਗਾਤਾਰ ਰੌਲਾ ਪਾ ਰਹੇ ਹੈ ਕਿ ਆਖਰ ਪਾਣੀ ਹੈ ਜਿਹੜਾ ਉਹ ਕਿਸ ਤਰ੍ਹਾਂ ਆਇਆ। ਤੇ ਪੁੱਛਦੇ ਹਾਂ ਅੱਗੇ, ਪ੍ਰਬੰਧਕ ਵੀ ਸਾਡੇ ਨਾਲ ਨੇ, ਕਿ ਕਿਸ ਤਰ੍ਹਾਂ ਇਸ ਦੇ ਵਿੱਚ ਤੇਲ ਦੇ ਵਿੱਚ ਡੀਜ਼ਲ ਹੈ ਜਿਹੜਾ ਮਿਕਸ ਹੋਇਆ ਜਾਂ ਕੁਦਰਤੀ ਤੌਰ ਤੇ ਆ ਗਿਆ। ਵੀਰ ਜੀ, ਕੀ ਸ਼ਿਕਾਇਤ ਹੈ ਇਹਨਾਂ ਦੀ, ਕੀ ਕਹਿ ਰਹੇ ਹੈ? ਇਹਦਾ ਸ਼ਿਕਾਇਤ ਨਾ ਬਾਰਿਸ਼ ਹੋਣ ਕਰਕੇ ਹੀ ਟੈਂਕ 'ਚ ਪਾਣੀ ਪੈ ਗਿਆ, ਤਾਂ ਕਰਕੇ ਦਿੱਕਤ ਆਈ।
ਤੇ ਕਾਫੀ ਗੱਡੀਆਂ ਜਿਹੜੀਆਂ ਖਰਾਬ ਹੋ ਗਈਆਂ ਫਿਰ ਉਹਨਾਂ ਦੀ ਸਵੇਰ ਦਾ ਤੇਲ ਪਾਈ ਜਾਂਦੇ ਹੁਣ ਦਿੱਕਤ ਆਈ ਆ ਆਹ ਘੰਟੇ ਚ ਨਹੀਂ ਚਲੋ ਦਿੱਕਤ ਤਾਂ ਆਈ ਹੈ ਨਾ ਫਿਰ ਹੁਣ ਇਹਨਾਂ ਦਾ ਜਿਹੜੀਆਂ ਗੱਡੀਆਂ ਦੇ ਇੰਜਨ ਖਰਾਬ ਹੋ ਗਏ ਜੋ ਵੀ ਮਾੜਾ ਮੋਟਾ ਕੁਛ ਨਹੀਂ ਖਰਾਬ ਹੋਇਆ ਫਿਲਟਰ ਹੋਣਗੇ ਉਹ ਅਸੀਂ ਦੇ ਦਾਂਗੇ ਇਹਨਾਂ ਨੂੰ ਕਹਿੰਦੇ ਕਿਹੜਾ ਖਰਚਾ ਉਹ ਅਸੀਂ ਦੇਵਾਂਗੇ ਇਹ ਟੈਕਨੀਕਲ ਤੌਰ ਤੇ ਸਮਝਾਓ ਵੀ ਕਿਸ ਤਰ੍ਹਾਂ ਪਾਣੀ ਹੈ ਜਿਹੜਾ ਅੰਦਰ ਵੜ ਜਾਂਦਾ ਮੋਇਸਚਰ ਹੈ ਜਾਂ ਕਿਸ ਤਰ੍ਹਾਂ ਮੋਇਸਚਰ ਨਹੀਂ ਕਿਤੋਂ ਟੈਂਕ ਲੀਕ ਹੋ ਗਈ ਅੱਛਾ ਲੀਕ ਹੋ ਗਿਆ ਉਹਦੇ ਵਿੱਚ ਪਾਣੀ ਵੜ ਗਈ ਬਿਲਕੁਲ ਪ੍ਰਬੰਧਕ ਆਪਣਾ ਤਰਕ ਦੇ ਰਹੇ ਹੈ ਕਿ ਭਾਰੀ ਬਰਸਾਤ ਪਈ ਹੈ ਜਿਹਦੇ ਨਾਲ ਲੀਕ ਹੋ ਗਿਆ ਟੈਂਕ ਹੈ ਜਿਹੜਾ ਜਿਸ ਕਾਰਨ ਉਸਦੇ ਵਿੱਚ ਪਾਣੀ ਹੈ ਜਿਹੜਾ ਚਲਿਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਗੱਡੀਆਂ ਖਰਾਬ ਹੋਈਆਂ ਨੇ ਉਹਨਾਂ ਦਾ ਹਰਜਾਨਾ ਉਹ ਦੇਣਗੇ।